ਜਿੱਥੇ ਕਿ ਜੰਮ ਕੇ ਹੰਗਾਮਾ ਹੋਇਆ। ਤਸਵੀਰਾਂ ਦੇਖ ਸਕਦੇ ਹੋ, ਪ੍ਰਧਾਨ ਦੀ ਗੱਡੀ ਨੂੰ ਘੇਰ ਕੇ ਇਸ ਦੀ ਭੰਨਤੋੜ ਕੀਤੀ ਗਈ। ਪੁਲਿਸ ਦੀ ਮੌਜੂਦਗੀ ਵਿੱਚ ਇਹ ਸਭ ਕੁਝ ਹੁੰਦਾ ਨਜ਼ਰ ਆਇਆ। ਗੱਡੀ 'ਚ ਬੈਠੇ ਪ੍ਰਧਾਨ ਹਰਸਿਮਰਨ ਸਿੰਘ ਨਾਲ ਵੀ ਖਿੱਚਤਰੂ ਕੀਤੀ ਗਈ। ਗੁਰਦੁਆਰਾ ਕਮੇਟੀ ਨੇ ਇੱਥੇ ਇਲਜ਼ਾਮਾਂ ਨੂੰ ਹਾਲਾਂਕਿ ਬੇਬੁਨਿਆਦ ਦੱਸਿਆ ਹੈ। ਕਿਹਾ ਕਿ ਕਿਸੇ ਨੂੰ ਪਿੰਡਰਾਂਵਾਲੇ ਦੀ ਤਸਵੀਰ ਉਤਾਰਨ ਲਈ ਨਹੀਂ ਕਿਹਾ ਗਿਆ, ਲੇਕਿਨ ਇਹ ਵਿਵਾਦ ਕਿਸ ਕਦਰ ਭੜਕਿਆ ਹੈ। ਇਹ ਤਸਵੀਰਾਂ ਮੁਹਾਰੇ ਬਿਆਨ ਕਰ ਰਹੀਆਂ ਨੇ। ਕੁਝ ਨਿਹੰਗ ਸਿੰਘਾਂ ਨੇ ਗਲਤ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ। ਇਹ ਇਲਜ਼ਾਮ ਲਗਾਏ ਗਏ ਨੇ। ਪਾਉਵਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦਾ ਇਹ ਮਾਮਲਾ ਦੱਸਿਆ ਜਾ ਰਿਹਾ, ਜਿੱਥੇ ਜੰਮ ਕੇ ਹੰਗਾਮਾ ਹੋਇਆ, ਇੱਥੇ ਗੱਡੀ ਦੀ ਭੰਨਤੋੜ ਕੀਤੀ ਗਈ ਹੈ। ਪੁਲਿਸ ਦੀ ਮੌਜੂਦਗੀ ਵਿੱਚ ਇੱਥੇ ਪ੍ਰਧਾਨ ਦੇ ਨਾਲ ਵੀ ਖਿੱਚਤਰੂ ਕੀਤੀ ਗਈ ਹੈ। ਕੁਝ ਨਿਹੰਗ ਸਿੰਘਾਂ ਨੇ ਗਲਤ ਤਰੀਕੇ ਨਾਲ ਵੀਡੀਓ ਜਿਹੜੀ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ। ਇਹ ਇਲਜ਼ਾਮ ਲਗਾਏ ਗਏ ਨੇ। ਪਾਉਵਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਜੰਮ ਕੇ ਹੰਗਾਮਾ ਹੋਇਆ। ਖੇਮਕਰਨ ਵਿੱਚ ਪਿੰਡਰਾਂ ਵਾਲਿਆਂ ਦੀ ਤਸਵੀਰ ਉਤਾਰਨ ਨੂੰ ਲੈ ਕੇ ਇਹ ਵਿਵਾਦ ਇੱਥੇ ਖਾਸਾ ਪੱਕਦਾ ਹੋਇਆ ਵਿਖਾਈ ਦਿੱਤਾ ਹੈ। ਤਸਵੀਰਾਂ ਦੇਖ ਸਕਦੇ ਹੋ, ਹੱਥਾਂ ਦੇ ਵਿੱਚ ਕਿਸ ਕਦਰ ਤਲਵਾਰਾਂ ਲਹਿਰਾਉਂਦੇ ਹੋਏ ਅਤੇ ਡੰਡਿਆਂ ਦੇ ਨਾਲ ਇਸ ਗੱਡੀ ਦੀ ਭੰਨਤੋੜ ਕੀਤੀ ਗਈ ਹੈ। ਪੁਲਿਸ ਦੀ ਮੌਜੂਦਗੀ ਵਿੱਚ ਇੱਥੇ ਇਹ ਸਾਰਾ ਘਟਨਾਕ੍ਰਮ ਹੁੰਦਾ ਨਜ਼ਰ ਆਇਆ। ਸੋ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਔਰ ਗੱਡੀ ਵਿੱਚ ਬੈਠੇ ਪ੍ਰਧਾਨ ਹਰਸਿਮਰਨ ਸਿੰਘ ਦੇ ਨਾਲ ਵੀ ਖਿੱਚਤਰੂ ਹੋਈ ਹੈ। ਹਾਲਾਂਕਿ ਉਹਨਾਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਇੱਥੇ ਬਿਲਕੁਲ ਬੇਬੁਨਿਆਦ ਦੱਸਿਆ। ਗੁਰਦੁਆਰਾ ਕਮੇਟੀ ਨੇ ਇੱਥੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਇੱਥੇ ਇਹ ਤਮਾਮ ਇਲਜ਼ਾਮ ਬੇਬੁਨਿਆਦ ਨੇ ਅਤੇ ਕਿਸੇ ਨੂੰ ਵੀ ਪਿੰਡਰਾਂ ਵਾਲਿਆਂ ਦੀ ਤਸਵੀਰ ਉਤਾਰਨ ਲਈ ਨਹੀਂ ਕਿਹਾ ਗਿਆ। ਦੱਸ ਦੇ ਕਿ ਜਿਹੜਾ ਵਿਵਾਦ ਛਿੜਿਆ ਉਹ ਪਿੰਡਰਾਂ ਵਾਲਿਆਂ ਦੀ ਤਸਵੀਰ ਉਤਾਰਨ ਨੂੰ ਲੈ ਕੇ ਹੀ ਭੜਕਿਆ। ਉਹਨਾਂ ਕਿਹਾ ਕਿ ਕੁਝ ਨਿਹੰਗ ਸਿੰਘਾਂ ਨੇ ਗਲਤ ਤਰੀਕੇ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ। ਸੋ ਬਹਿਰਹਾਲ ਹੁਣ ਕੀ ਕੁਝ ਕਾਰਵਾਈ ਅੱਗੇ ਹੁੰਦੀ ਹੈ ਦੇਖਣਾ ਬੜਾ ਅਹਿਮ ਰਹੇਗਾ। ਪਾਉਵਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਤਸਵੀਰਾਂ ਦੇਖ ਸਕਦੇ ਹੋ, ਪੁਲਿਸ ਮੁਲਾਜ਼ਮ ਮੌਜੂਦ ਨੇ, ਲੇਕਿਨ ਉਹਨਾਂ ਦੀ ਮੌਜੂਦਗੀ 'ਚ ਇੱਥੇ ਨਾ ਸਿਰਫ ਗੱਡੀ ਦੀ ਭੰਨਤੋੜ ਕੀਤੀ ਗਈ, ਪ੍ਰਧਾਨ ਜੋ ਇੱਥੇ ਗੱਡੀ ਸਨ ਉਹਨਾਂ ਦੇ ਨਾਲ ਵੀ ਖਿੱਚਤਰੂ ਕੀਤੀ ਗਈ। ਸੋ ਸੰਗਤ ਨੇ ਇੱਥੇ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਗੱਡੀ ਨੂੰ ਘੇਰ ਕੇ ਗੱਡੀ ਦੀ ਭੰਨਤੋੜ ਕੀਤੀ। ਪੁਲਿਸ ਦੀ ਮੌਜੂਦਗੀ ਦੇ ਵਿੱਚ ਪ੍ਰਧਾਨ ਦੇ ਨਾਲ ਵੀ ਖਿੱਚਤਰੂ ਕੀਤੀ, ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਸੋ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ 'ਤੇ ਆਖਿਰ ਕੀ ਬਿਆਨ ਦਿੰਦੀ ਹੈ। ਗੱਡੀ 'ਚ ਬੈਠੇ ਪ੍ਰਧਾਨ ਹਰਸਿਮਰਨ ਸਿੰਘ ਦੇ ਨਾਲ ਵੀ ਖਿੱਚਤਰੂ ਦੀਆਂ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ। ਗੁਰਦੁਆਰਾ ਕਮੇਟੀ ਨੇ ਇੱਥੇ ਇਲਜ਼ਾਮਾਂ ਨੂੰ ਹਾਲਾਂਕਿ ਬੇਬੁਨਿਆਦ ਦੱਸਿਆ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਹੱਥਾਂ ਦੇ ਵਿੱਚ ਤਲਵਾਰਾਂ ਵੀ ਨੇ, ਡੰਡੇ ਵੀ ਨੇ, ਜਿਸ ਦੇ ਨਾਲ ਇੱਥੇ ਇਹ ਹੰਗਾਮਾ ਜੰਮ ਕੇ ਹੁੰਦਾ ਹੋਇਆ ਨਜ਼ਰ ਆਇਆ। ਫਿਰ ਬਹਿਸ ਵਾਲੀ ਗੱਲ ਹੋ ਗਈ, ਇੱਥੇ ਲੱਗੇਗੀ ਜਾਂ ਗੁਰੂਆਂ ਦੀ ਜਾਂ ਬਾਬਾ ਦੀਪ ਸਿੰਘ ਦੀ ਫੋਟੋ, ਨਹੀਂ ਲੱਗੇ, ਸਾਡੀ ਮਰਜ਼ੀ ਆ, ਮੇਰੀ ਮਾਲਕੀ ਇੱਥੇ ਗੁਰਦੁਆਰੇ ਪ੍ਰਧਾਨ ਜੀ ਲਾਓ ਸੰਤਾਂ ਦੀ ਫੋਟੋ।
ਤੁਹਾਨੂੰ ਪਤਾ ਸੰਤਾਂ ਦੀ ਫੋਟੋ ਨੂੰ ਹੱਥ ਪਾਉਂਦੇ ਅਗਲਾ, ਤੁਸੀਂ ਐਵੇਂ ਖਲੋਤੇ ਜੇ ਆਪਣੇ ਨੂੰ ਸਿੱਖ ਕਰਦੇ ਨਹੀਂ ਲੱਗੇਗੀ ਤੂੰ ਕੌਣ ਕਹਿੰਦਾ ਮੈਂ ਸਿੱਖ ਨੀਗਾ ਹੱਥ ਨੀ ਚੁੱਕੇਗਾ ਲਾ ਜੋ ਫੋਟੋ ਬਾਹਰ ਕੀਤਾ ਗਿਆ ਕਿ ਇੱਥੇ ਸਿਰਫ ਗੁਰੂਆਂ ਦੀ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਣਗੀਆਂ ਜਿਸ ਨੂੰ ਲੈ ਕੇ ਵਿਵਾਦ ਖੜਾ ਹੋਇਆ। ਬਲਜੀਤ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ। ਬਲਜੀਤ, ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ, ਖਾਸਾ ਮਾਹੌਲ ਵੀ ਤਣਾਅਪੂਰਨ ਅਤੇ ਹੰਗਾਮਾ ਹੁੰਦਾ ਹੋਇਆ ਇੱਥੇ ਨਜ਼ਰ ਆਇਆ, ਕੀ ਕੁਛ ਇਸ ਪੂਰੇ ਮਾਮਲੇ ਲੈ ਕੇ ਤੁਹਾਡੇ ਕੋਲ ਜਾਣਕਾਰੀ? ਬਿਲਕੁਲ, ਦੱਸਣਾ ਚਾਹਾਂਗਾ ਕਿ ਇਹ ਗੁਰਦੁਆਰਾ ਧਰਮ ਸਥਾਨ ਪਾਊ ਗੱਡਿਆ ਕਿ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਜਿਹੜਾ ਬੜੇ ਧੂਮਧਾਮ ਨਾਲ ਜਿਹੜਾ ਮਨਾਇਆ, ਜਿੱਥੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਨੇ। ਬੀਤੀ 26 ਜਨਵਰੀ ਵਾਲੇ ਦਿਨ ਇੱਕ ਨਿਹੰਗ ਸਿੰਘ ਵੱਲੋਂ ਰਸਤੇ ਦੇ ਵਿੱਚ ਜਿਹੜਾ ਕਿ ਗੁਰੂਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੀ ਫੋਟੋ ਲਾਈ ਹੋਈ ਸੀ, ਜਿਸ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਤਸਵੀਰ ਨੂੰ ਉਤਾਰਨ ਦੀ ਜਿਹੜੀ ਕਿ ਉਸ ਨਿਹੰਗ ਸਿੰਘ ਨੂੰ ਕਿਹਾ ਗਿਆ ਸੀ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਕਿ ਵਿਵਾਦ ਜਿਹੜਾ ਪੂਰਾ ਬਣ ਗਿਆ। ਤੇ ਕੱਲ ਜਦ ਇਸ ਮਸਲੇ ਨੂੰ ਲੈ ਕੇ ਕਈ ਨਿਹੰਗ ਸਿੰਘ ਜਥੇਬੰਦੀਆਂ ਇਕੱਤਰ ਹੋਈਆਂ ਤੇ ਉਹਨਾਂ ਵੱਲੋਂ ਜਿਹੜਾ ਕਿ ਹਰਸਿਮਰਨ ਸਿੰਘ ਸੰਧੂ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ, ਉਹਨਾਂ ਉੱਪਰ ਜਿਹੜਾ ਕਿ ਇੱਕ ਹਮਲਾ ਕੀਤਾ ਗਿਆ ਅਤੇ ਇੱਕ ਜਿਹੜੀ ਗੱਡੀ ਵੀ ਇੱਥੇ ਭੰਨ ਦਿੱਤੀ ਗਈ ਹੈ। ਦੱਸ ਦਈਏ ਕਿ ਨਿਹੰਗਾ ਸਿੰਘਾਂ ਦਾ ਇਹ ਕਹਿਣਾ ਹੈ ਕਿ ਸੰਤਾਂ ਦੀ ਫੋਟੋ ਉਤਾਰਨ ਦਾ ਕੋਈ ਵਿਵਾਦ ਹੀ ਜਿਹੜਾ ਇਹ ਬਣਾਇਆ ਗਿਆ, ਜਾਣ ਬੁੱਝ ਕੇ ਬਣਾਇਆ ਗਿਆ, ਕਿਉਂਕਿ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਜਿਹੜੀਆਂ ਸਤਿਕਾਰਯੋਗ ਜਿਹੜੀਆਂ ਮੱਥਾ ਟੇਕਣ ਆਉਂਦੀਆਂ ਨੇ, ਉਹਨਾਂ ਦੇ ਨਾਲ ਵੀ ਇਹ ਜਿਹੜੇ ਪ੍ਰਧਾਨਾਂ ਵੱਲੋਂ ਜਿਹੜਾ ਕਿ ਦੁਰਵਿਵਹਾਰ ਕੀਤਾ ਜਾਂਦਾ। ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਕਮੇਟੀ ਨੂੰ ਹੀ ਜਿਹੜਾ ਕਿ ਬਦਲ ਦਿੱਤਾ ਜਾਵੇ। ਜੀ ਬਿਲਕੁਲ, ਲੇਕਿਨ ਇੱਥੇ ਤਸਵੀਰਾਂ ਅਸੀਂ ਇਹ ਵੀ ਦੇਖੀਆਂ ਕਿ ਪੁਲਿਸ ਦੀ ਮੌਜੂਦਗੀ, ਇਸ ਗੱਡੀ ਦੀ ਭੰਨਤੋੜ ਹੋ ਰਹੀ ਹੈ, ਪ੍ਰਧਾਨ ਦੀ ਵੀ ਖਿੱਚਤਰੂ ਹੋ ਰਹੀ ਹੈ। ਬਿਲਕੁਲ, ਦੱਸਣਾ ਚਾਹਾਂਗੀ ਕਿ ਜਦੋਂ ਇਹ ਮਾਮਲਾ ਜਥੇਬੰਦੀਆਂ ਦੇ ਧਿਆਨ ਚ ਆਇਆ ਤੇ ਉੱਥੇ ਮੌਕੇ ਤੇ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਉਹਨਾਂ ਨੂੰ ਸਹੀ ਸਲਾਮਤ ਉੱਥੋਂ ਕੱਢ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਜੋ ਹੀ ਇਹ ਜਥੇਬੰਦੀਆਂ ਨੂੰ ਇਹਨਾਂ ਦਾ ਪਤਾ ਲੱਗਾ ਤਾਂ ਉੱਥੇ ਇਹ ਵਿਵਾਦ ਛਿੜ ਗਿਆ ਤੇ ਉਹ ਪ੍ਰਧਾਨ ਦੀ ਜਿਹੜੀ ਕਿ ਖਿੱਚ ਤੂੰ ਕਰਨੀ ਜਿਹੜੀ ਉੱਥੇ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇੱਕ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਜ਼ਖਮੀ ਹੋਇਆ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਬਲਜੀਤ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਲਈ। ਸੋ ਮਾਮਲਾ ਕਿਸ ਕਦਰ ਇੱਥੇ ਗਰਮਾਉਂਦਾ ਹੋਇਆ ਨਜ਼ਰ ਆਇਆ, ਪੁਲਿਸ ਦੀ ਮੌਜੂਦਗੀ, ਗੱਡੀ ਦੀ ਭੰਨਤੋੜ ਕੀਤੀ ਗਈ, ਦੇਖਣਾ ਹੋਵੇਗਾ ਕਿ ਕੁਛ ਅੱਗੇ ਕਾਰਵਾਈ ਹੁਣ ਕੀਤੀ ਜਾਂਦੀ ਹੈ। ਸ਼ਹੀਦ ਨੇ, ਸ਼੍ਰੋਮਣੀ ਸੰਤ ਨੇ, ਸੰਤ ਜਰਨੈਲ ਸਿੰਘ ਖੰਡਰਾਵਾਲਾ, ਉਹਨਾਂ ਦੀ ਫੋਟੋ ਲੱਗੀ ਵੀ ਸਾਡੇ ਲੰਗਰ ਵਿੱਚ ਹੀ ਲੱਗੀ ਹੈ। ਇਹ ਵੈਸੇ ਤਾਂ ਜੀ ਕੋਈ ਮਾਮਲਾ ਹੈ ਹੀ ਨਹੀਂ, ਲੇਕਿਨ ਇਹਨੂੰ ਬਣਾਇਆ ਗਿਆ ਅਤੇ ਇਹ ਜਿਸ ਤਰ੍ਹਾਂ ਮੈਨੇਜਰ ਸਾਹਿਬ ਨੇ ਦੱਸਿਆ ਹੈਗਾ ਕਿ ਉਹਨਾਂ ਨੇ ਪੂਰਾ ਵਿਸਥਾਰ ਵਿੱਚ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਵਾਪਰਿਆ ਕੰਮ। ਬਾਕੀ ਜਦੋਂ ਦਾ ਫੋਟੋ ਦਾ ਸਵਾਲ ਹੈ ਉਹ ਇਹ ਹੈਗਾ ਕਿ ਸੰਗਤਾਂ ਨੇ ਵੀ ਕਾਫੀ ਇਤਰਾਜ਼ ਕੀਤਾ ਕਿ ਤੁਸੀਂ ਜੋੜੇ ਨਾ ਜੋੜੇ ਗੰਢ ਰਹੇ ਹੋ, ਨਾ ਤੁਸੀਂ ਫੋਟੋਆਂ ਲਾਈਆਂ ਨੇ, ਇੱਥੇ ਤੁਸੀਂ ਫੋਟੋ ਨਾ ਲਾਓ, ਇਹਨਾਂ ਨੂੰ ਲਾ ਦਿਓ। ਉਹਦੇ ਪੁਜ਼ੀਸ਼ਨ ਇਹ ਬਣੀ ਸੀ ਕਿ ਇਸ ਕਰਕੇ ਫੋਟੋ ਲਵਾਈ ਜਾ ਰਹੀ ਸੀ ਕਿ ਤੁਸੀਂ ਇੱਥੇ ਫੋਟੋ ਨਾ ਲਾਓ। ਦੇਖੋ, ਫੋਟੋ ਦੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਇਹ ਸੰਤਾਂ ਦੀ ਹੀ ਦੇਣ ਹੀ, ਜਦੋਂ ਸ਼ੁਰੂ ਹੋਇਆ ਉਹਨਾਂ ਨੇ ਹੀ ਆ ਕੇ ਇੱਥੋਂ ਜਿਹੜੀ ਸੇਵਾ ਚਲਾਈ ਸੀ। ਜੇ ਸੰਗਤ ਦੇ ਮਨ ਦੇ ਵਿੱਚ ਅੱਜ ਵੀ ਕੋਈ ਕਿਸੇ ਤਰ੍ਹਾਂ ਦੀ ਠੇਸ ਹੈ ਤਾਂ ਅਸੀਂ ਸਮੂਹ ਹੀ ਕਮੇਟੀ ਵੱਲੋਂ ਆਪਣੇ ਵੱਲੋਂ ਅਸੀਂ ਇਸ ਚੀਜ਼ ਦੀ ਮਾਫ਼ੀ ਵੀ ਮੰਗਦੇ ਹਾਂ। ਔਰ ਜੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਵੀ ਕੋਈ ਸਵਾਲ ਹੈ ਤਾਂ ਕੋਈ
ਮਤਲਬ ਜਿਸ ਟਾਈਮ ਮਰਜ਼ੀ ਸਾਡੇ ਕੋਲ ਆ ਕੇ ਕਿਸੇ ਤਰ੍ਹਾਂ ਦਾ ਵੀ ਸੰਪਰਕ ਕਰ ਸਕਦੇ।